ਪੰਜਾਬੀ ਪੜ੍ਹ ਰਹੇ ਸਾਰੇ ਹੀ ਵਿਦਿਆਰਥੀਆਂ ਦਾ YouTube ਚੈਨਲ Learn with Harvinder ਸਰ ਵਿੱਚ ਬਹੁਤ-ਬਹੁਤ ਸਵਾਗਤ ਹੈ ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਪੁਸਤਕ ਵਿੱਚੋਂ ਗੁਲਜ਼ਾਰ ਸਿੰਘ ਸੰਧੂ ਜੀ ਦੀ ਕਹਾਣੀ ਕਰਜ਼ਾ ਆਪਣੇ ਇਸ ਦੇ ਵਸਤੂ ਨਿਸ਼ਟ ਪ੍ਰਸ਼ਨ ਪਿਆਰੇ ਵਿਦਿਆਰਥੀਓ ਕਿਉਂਕਿ ਇਸ ਵੀਡੀਓ ਵਿੱਚ ਅਸੀਂ ਵਸਤੂ ਨਿਸ਼ਟ ਪ੍ਰਸ਼ਨ ਕੀਤੇ ਹਨ ਇਸ ਕਰਕੇ ਆਪ ਸਾਰੇ ਵਿਦਿਆਰਥੀ ਵੀ ਪ੍ਰਸ਼ਨਾਂ ਦੇ ਉੱਤਰ ਨਾਲ ਦੀ ਨਾਲ ਦੇਣਾ ਤੇ ਅੰਤ ਵਿੱਚ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਆਪ ਸਾਰਿਆਂ ਦੇ ਕਿੰਨੇ ਉੱਤਰ ਠੀਕ ਸਨ ਆਓ ਸ਼ੁਰੂ ਕਰਦੇ ਹਾਂ ਕਰਜ਼ਾ ਆਪਣੇ ਦੇ ਵਸਤੂ ਨਿਸ਼ਟ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਸਹੀ ਜਾਂ ਗਲਤ ਦੱਸਣਾ ਵਿਆ ਇਕੱਠੇ ਮਿਲ ਕੇ ਬੱਠਣ ਦਾ ਇੱਕੋ ਇੱਕ ਮੌਕਾ ਹੁੰਦਾ ਹੈ ਸਹੀ ਜਾਂ ਗਲਤ ਤੇ ਬਿਲਕੁਲ ਠੀਕ ਹੈ ਬਿਲਕੁਲ ਸਹੀ ਹੈ ਦੂਜਾ ਪ੍ਰਸ਼ਨ ਹੈ ਜੀਤੋ ਦੇ ਵੀਰ ਦੀ ਵਿਆਹ ਦੇ ਕਮਸਾਨ ਵਿੱਚ ਮਤ ਮਾਰੀ ਗਈ ਸੀ ਕਿਉਂਕਿ ਆਪਸ਼ਨਸ ਹਨ ਇੱਕ ਕਮ ਮੁਗਦਾ ਸੀ ਦੂਜਾ ਉਸ ਲਈ ਤਿਆਰ ਹੁੰਦਾ ਸੀ ਜਾਂ ਉਸ ਦੀ ਮਦਦ ਕਰਨ ਵਾਲਾ ਕਰਵੇਜ ਹੋਰ ਕੋਈ ਨਹੀਂ ਸੀ ਤੇ ਜਦਾ ਉੱਤਰ ਹੈ ਇੱਕ ਕਮ ਮੁਗਦਾ ਸੀ ਦੂਜਾ ਉਸ ਲਈ ਤਿਆਰ ਹੁੰਦਾ ਸੀ ਅਗਲਾ ਪ੍ਰਸ਼ਨ ਹੈ ਕਰਦੇ ਆਨੇ ਆਪਣਾ ਚਾਹ ਪੂਰਾ ਕਰਨ ਲਈ ਕਿਹੜਾ ਤਰੀਕਾ ਲੱਭ ਲਿਆ ਤੇ ਜਿਦਾ ਉਤਰਾ ਜੀਤੋ ਦੇ ਪ੍ਰਾਧਿ ਥਾ ਜੀਤੋ ਦਾ ਵਿਆਹ ਕਰਨ ਦਾ ਅਗਲਾ ਪ੍ਰਸ਼ਨ ਹੈ ਆਨੰਦਿਕ ਅਰਸ਼ ਕਰਨ ਵਾਲਾ ਭਾਈ ਜੀਤੋ ਨੂੰ ਕੀ ਸਿੱਖਿਆ ਦੇ ਰਿਹਾ ਸੀ ਤੇ ਕੀ ਸਿੱਖਿਆ ਦੇ ਰਿਹਾ ਸੀ ਕਿ ਉਸ ਦੇ ਲਈ ਉਸ ਦਾ ਪਤੀ ਹੀ ਪਰਮੇਸ਼ਰ ਹੈ ਅਤੇ ਉਸ ਨੂੰ ਖੁਸ਼ ਰੱਖਣ ਲਈ ਨਿਮਨ ਕਿਮਣ ਆਦ ਗੁਣ ਪੈਦਾ ਕਰਨੇ ਹਨ ਦੇਖ ਕਿਮਣ ਦਾ ਕੀ ਅਰਥ ਹੁੰਦਾ ਕਿਮਣ ਦਾ ਅਰਥ ਹੁੰਦਾ ਬਰਦਾਸ਼ਤ ਕਰਨਾ ਅਗਲਾ ਪ੍ਰਸ਼ਨ ਹੈ ਜੀਤੋ ਦੀ ਗੂੜੀ ਸਹੇਲੀ ਨੇ ਜੀਤੋ ਦੇ ਵੀਰ ਨੂੰ ਰੋਕੇ ਕੀ ਕਿਹਾ ਜੀਤੋ ਦੇ ਨਾਲ ਉਸ ਦੇ ਸੌਰੇ ਕਰ ਜਾਣ ਲਈ ਗਿਆ ਅਗਲਾ ਪ੍ਰਸ਼ਨ ਹੈ ਜੀਤੋ ਦੇ ਵੀਰ ਨੂੰ ਗੱਜ ਕਿਸ ਗੱਲ ਕਰਕੇ ਆ ਗਿਆ ਸੌਰੇ ਕਰ ਵਿੱਚ ਜੀਤੋ ਦੀ ਸਥਿਤੀ ਬਾਰੇ ਸੋਚ ਕੇ ਪਿਆਰੇ ਵਿਦਿਆਰਥੀਓ ਅੱਜ ਸਿੱਕੇ ਸਾਡੀ ਪੁਸਤਕ ਵਾਲੇ ਸਾਡੀ ਬੁੱਕ ਵਾਲੇ ਕੁਐਸਚਨਸ ਹੁਣ ਅਸੀਂ ਕਰਾਂਗੇ ਕੁਝ ਐਕਸਟਰਾ ਕੁਐਸਚਨ ਜੋ ਕਿ ਸਾਡੀ ਪ੍ਰੀਖਿਆ ਵਿੱਚ ਪੁੱਛੇ ਜਾ ਸਕਦੇ ਹਨ ਤੇ ਪ੍ਰਸ਼ਨ ਹੈ ਕਰਜ਼ਾ ਆਪਣੇ ਕਹਾਣੀ ਦਾ ਲੇਖਕ ਕੌਣ ਹੈ ਇਸ ਦਾ ਉੱਤਰ ਹੈ ਗੁਲਜ਼ਾਰ ਸਿੰਘ ਸੰਧੂ ਜੀਤੋ ਕਿਹੜੀ ਕਹਾਣੀ ਤੇ ਮੁੱਖ ਪਾਤਰ ਹੈ ਸਾਂਝ ਨਿੱਲੀ ਮਾੜਾ ਬੰਦਾ ਜਾਂ ਕਰਜ਼ਾ ਆਪਣੇ ਇਸਦਾ ਉੱਤਰ ਹੈ ਕਰਜਾ ਆਪਣੇ ਜੀਤੋ ਦੇ ਬਾਪੂ ਦਾ ਵਿਆਹ ਕਿੰਨੇ ਸਾਲ ਪਹਿਲਾਂ ਹੋਇਆ ਸੀ ਤੇ ਇਸਦਾ ਉੱਤਰ ਹੈ 40 ਸਾਲ ਪਹਿਲਾਂ ਜੀਤੋ ਦੀ ਉਮਰ ਕਿੰਨੀ ਸੀ 17 ਸਾਲ ਮੁੰਡੇ ਵਾਲਿਆਂ ਨੇ ਚਿੱਠੀ ਵਿੱਚ ਕੀ ਲਿਖਿਆ ਸੀ ਕਿ ਉਹ ਬਿਸਤਰੇ ਨਹੀਂ ਲੈ ਕੇ ਆ ਰਹੇ ਅਗਲਾ ਪ੍ਰਸ਼ਨ ਹੈ ਵਿਆਹ ਵਾਲੇ ਦਿਨ ਸਵੇਰੇ ਜੀਤੋ ਨੂੰ ਕਿੰਨੇ ਵਜੇ ਉਠਾ ਦਿੱਤਾ ਗਿਆ ਤੇ ਇਸਦਾ ਉੱਤਰ ਹੈ 3 ਵਜੇ ਅਗਲਾ ਸਹੀ ਹੈ ਗਲਤ ਦੱਸਣਾ ਜੀਤੋ ਆਪਣੇ ਵੀਰ ਤੋਂ 8-10 ਸਾਲ ਛੋਟੀ ਸੀ ਸਹੀ ਹੈ ਗਲਤ ਤੇ ਬਿਲਕੁਲ ਸਹੀ ਹੈ ਬਿਲਕੁਲ ਠੀਕ ਹੈ ਅਗਲਾ ਹਾਰਮੋਨੀਅਮ ਵਾਲੇ ਗਵਈਏ ਨੇ ਫਿਲਮੀ ਗੀਤ ਦੀ ਤਰਜ਼ ਉੱਤੇ ਗਾ ਕੇ ਸੋਹਰੇ ਜਾਣ ਵਾਲੀ ਕੁੜੀ ਦੇ ਆਉਣ ਵਾਲੇ ਸਮੇਂ ਦਾ ਚਿੱਤਰ ਦਰਦਮਈ ਸ਼ਬਦਾਂ ਵਿੱਚ ਖਿੱਚਿਆ ਸਹੀ ਹੈ ਗਲਤ ਤੇ ਬਿਲਕੁਲ ਸਹੀ ਹੈ ਬਿਲਕੁਲ ਠੀਕ ਹੈ ਅਗਲਾ ਪ੍ਰਸ਼ਨ ਹੈ ਕਰਜ਼ਾ ਆਪਣੇ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਦੱਸੋ ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਜੀਤੋ ਜਾਂ ਜੀਤੋ ਦਾ ਵੱਡਾ ਵੀਰ ਤੇ ਪਿਆਰੇ ਵਿਦਿਆਰਥੀਓ ਹੁਣ ਸਾਨੂੰ ਆਪਣਾ ਸਕੋਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ